ਇਹ ਪੁਤਲਾ ਜਿਵੇਂ ਤੁਹਾਨੂੰ ਪਤਾ ਹੀ ਹੈ, ਤੁਸੀਂ ਅਖਬਾਰਾਂ 'ਚ ਪੜ੍ਹਿਆ ਵੀ ਜਿਹੜਾ 150 ਦੇ ਲਗਭਗ 153 ਜਿਹੜੇ ਮੈਂਬਰ ਪਾਰਲੀਮੈਂਟ ਆ ਸਸਪੈਂਡ ਕਰਦੇ ਪਾਰਲੀਮੈਂਟ ਤੋਂ, ਅਤੇ ਜਿਹੜਾ ਡੈਮੋਕ੍ਰੇਸੀ ਐਕਟਰਾਂ ਦਾ ਕਤਲ ਕੀਤਾ ਗਿਆ, ਅਤੇ ਉਹਦੇ ਸੰਬੰਧ ਵਿੱਚ ਅਸੀਂ ਉਹਦੇ ਵਿਰੋਧ ਦੇ ਵਿੱਚ ਵੀ ਜੋ ਵੀ ਹੋਇਆ ਗਲਤ ਹੋਇਆ ਉਹਦੇ ਵਿਰੋਧ ਵਿੱਚ ਅਸੀਂ ਮੋਦੀ ਸਾਹਿਬ ਜਿਹੜੀ ਤਾਨਾਸ਼ਾਹੀ ਰਵੱਈਆ ਉਹਦੇ ਖਿਲਾਫ਼ ਜਿਹੜਾ ਪੁਤਲਾ ਫੂਕਿਆ ਗਿਆ, ਅਤੇ ਜਿਹੜੀ ਕਾਂਗਰਸ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਲੜਾਈ ਲੜ ਰਹੀ ਹੈ ਉਹਦੇ ਸੰਬੰਧੀ ਜਿਹੜਾ ਜਿੰਨੇ ਵੀ ਪਾਰਟੀ ਨੇ ਸਾਨੂੰ ਪ੍ਰੋਗਰਾਮ ਦਿੱਤਾ ਉਹਦੇ ਸੰਘਰਸ਼ ਵਜੋਂ ਅਸੀਂ ਅੱਜ ਇਹ ਜਿਹੜਾ ਪ੍ਰੋਗਰਾਮ ਲਿਆ। ਇਨਸਾਫ਼ ਚਾਹੁੰਦੇ ਵੀ ਉਹਨਾਂ ਨੂੰ ਬਹਾਲ ਹੋਣਾ ਚਾਹੀਦਾ, ਜਿਹੜੀ ਲੋਕਾਂ ਦੀ ਜਾਂ ਇੱਕ ਐਮ ਪੀ ਆ ਉਹ 10-12 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ, ਇੱਕ ਮੀਨ ਜੀ ਕਹਿੰਦੇ 150 ਐਮ ਪੀ ਸਸਪੈਂਡ ਕੀਤਾ, ਕਿੰਨੇ ਲੋਕਾਂ ਤੋਂ ਦੀ ਜਿਹੜੀ ਆਵਾਜ਼ ਆ ਉਹ ਬਾਹਰ ਹੀ ਫਿਰਦੀ ਰਹਿ ਜਾਊਗੀ, ਅਤੇ ਉਹਨਾਂ ਨੂੰ ਉੱਥੇ ਲੋਕਾਂ ਦੀ ਆਵਾਜ਼ ਰੱਖਣੀ ਚਾਹੀਦੀ ਹੈ। ਇਹ ਥੋੜ੍ਹੀ ਹੈ ਵੀ ਜੇ ਕੋਈ ਉਹਨਾਂ ਦੀ ਮਜੋਰਟੀ ਆ ਤਾਂ ਵੀ ਉਹ ਇੱਕ ਤਾਨਾਸ਼ਾਹ ਬਣ ਕੇ ਇੱਕ ਅਬਦਾਲੀ ਵਾਂਗੂ ਆਪਣੇ ਰੂਲ ਚਲਾਉਣ ਵੀ ਉੱਥੇ ਕੋਈ ਲੋਕਾਂ ਦੀ ਗੱਲ ਨਾ ਕਰ ਸਕੇ, ਉਹਨਾਂ ਦਾ ਕੰਮ ਤਾਂ ਹੋਇਆ ਜੇ ਕੋਈ ਉੱਥੇ ਜੋ ਵੀ ਵਿਰੋਧੀ ਕੋਈ ਲੋਕਾਂ ਦੀ ਗੱਲ ਕਰਦਾ, ਲੋਕ ਹਿੱਤਾਂ ਦੀ ਗੱਲ ਕਰਦਾ, ਆਮ ਵਪਾਰੀ ਦੀ ਗਰੀਬਾਂ ਦੀ ਗੱਲ ਕਰਦਾ ਤਾਂ ਉਹ ਚੱਕ ਕੇ ਸਸਪੈਂਡ ਕਰ ਦਿੰਦੇ ਨੇ, ਇਹ ਸਰਾਸਰ ਗਲਤ ਹੈ। ਅਤੇ ਜਿਹੜੇ ਲੋਕ ਆਉਣ ਵਾਲੇ 2024 ਦੇ ਵਿੱਚ ਇਹਨਾਂ ਨੂੰ ਇਸ ਗੱਲ ਲਈ ਸਬਕ ਸਿਖਾਉਣਗੇ, ਕਿਉਂਕਿ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਗੱਲ ਹੈ, ਇੱਕ ਐਮ ਪੀ ਨੂੰ ਬਾਹਰ ਕਰਕੇ ਉਹਦੀ ਆਵਾਜ਼ ਨੂੰ ਜਿੱਦਾਂ ਦਬਾਉਣਾ ਇਹ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਗੱਲ। ਇਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੁਕਮਾਂ 'ਤੇ ਜਿਹੜੇ ਮਾਨਯੋਗ ਮੈਂਬਰ ਪਾਰਲੀਮੈਂਟ ਆਗੇ ਜਿਹੜੇ ਉਹ ਮੁਅੱਤਲ ਕੀਤੇ ਗਏ ਹੈਗੇ, ਉਸ ਸੰਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਹੈਗਾ ਦੋਸਤਾਂ ਨਾਲ ਪੁਤਲੇ ਹੁਕਮਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਕੀਤਾ ਗਿਆ। ਇਹ ਸਰਾਸਰ ਲੋਕਤੰਤਰ ਦਾ ਘਾਣ ਕੀਤਾ ਹੈਗਾ, ਮੈਂਬਰਾਂ ਨੂੰ ਸਸਪੈਂਡ ਕਰਕੇ ਮੋਦੀ ਨੇ ਇਹ ਤਾਨਾਸ਼ਾਹੀ ਜਿਹੜਾ ਰਵੱਈਆ ਗਿਆ ਉਹ ਤਿਆਰ ਕੀਤਾ। ਆਉਣ ਵਾਲੇ ਸਮੇਂ 'ਚ 2024 ਇਲੈਕਸ਼ਨ 'ਚ ਲੋਕ ਇਸ ਚੀਜ਼ ਦਾ ਮੂੰਹ ਤੋੜਨਾ ਚਾਹੁੰਦਾ। ਅੱਜ ਜਿਹੜਾ ਕੱਲ੍ਹ ਲੋਕ ਸਭਾ ਦੇ ਵਿੱਚ ਸਾਡੇ ਲੋਕ ਸਭਾ ਦੇ ਐਮ ਪੀਆਂ ਨੂੰ ਬਰਖਾਸਤ ਕੀਤਾ ਗਿਆ ਗਾ, 142 ਐਮ ਪੀ ਨੇ, ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਕਿਉਂਕਿ ਨਹੀਂ ਤਾਂ ਇਸ ਤੋਂ ਜ਼ਿਆਦਾ ਸੰਘਰਸ਼ ਸਾਨੂੰ ਵਿੱਢਣਾ ਪਊਗਾ। ਜੋ ਵੀ ਐਮ ਪੀ ਲੋਕ ਸਭਾ ਦੇ ਵਿੱਚ ਜਾ ਕੇ ਗੱਲ ਕਰਦੇ ਨੇ, ਕੋਈ ਗਰੀਬਾਂ ਦੀ ਕਰਦੇ ਨੇ, ਕੋਈ ਕਿਸਾਨਾਂ ਦੀ ਕਰਦੇ ਨੇ, ਕੋਈ ਵੀ ਗੱਲ ਕਰਦੇ ਆ, ਉਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਦੇ ਨੇ। 2024 ਦੇ ਵਿੱਚ ਐਮ ਪੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਉਹਨਾਂ ਦੇ ਦੇਖੋ ਆਪਣੇ ਜਿਹੜੇ ਕੈਂਡੀਡੇਟ ਹੁੰਦੇ ਨੇ ਐਮ ਪੀ ਸਾਹਿਬ ਹੁੰਦੇ ਨੇ, ਸਭ ਤੋਂ ਵੱਡੇ ਹੁੰਦੇ ਨੇ ਜ਼ਿਲ੍ਹੇ ਦੇ ਵਿੱਚ, ਕੋਈ 9 ਐਮ ਐਲ ਏ ਥੱਲੇ ਹੁੰਦੇ ਹੈਗੇ ਉਹਨਾਂ ਦੇ, ਅਤੇ ਉਹਨਾਂ ਨੂੰ ਦਵਾਇਆ ਜਾਂਦਾ। ਅਸੀਂ ਇਹੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਬਹਾਲ ਕੀਤਾ ਜਾਵੇ।